ਜਗਬਾਣੀ ਟੀਵੀ ਦੇਖ ਰਹੇ ਹੋ। ਇਸ ਵਕਤ ਅਸੀਂ ਮੌਜੂਦ ਹਾਂ ਪਟਿਆਲਾ ਦੇ ਮੁੱਖ ਰੇਲਵੇ ਸਟੇਸ਼ਨ ਦੇ ਉੱਪਰ, ਜਿੱਥੇ ਕਿਸਾਨਾਂ ਨੇ ਰੇਲਵੇ ਟਰੈਕ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਹੈ। ਦੱਸ ਦਈਏ ਕਿ 13 ਫਰਵਰੀ ਤੋਂ ਹੀ ਕਿਸਾਨ ਜਿਹੜੇ ਨੇ ਦਿੱਲੀ ਕੂਚ ਕਰਨ ਦਾ ਐਲਾਨ ਕਰ ਚੁੱਕੇ ਸੀਗੇ, ਤਾਂ ਵੱਖ ਵੱਖ ਬੋਰਡਰਾਂ ਦੇ ਉੱਪਰ ਕਿਸਾਨ ਜਿਹੜੇ ਨੇ ਬੈਠੇ ਹੋਏ ਨਜ਼ਰ ਆ ਰਹੇ ਨੇ। ਚਾਹੇ ਉਹ ਸ਼ੰਭੂ ਬੋਰਡਰ ਦੀ ਗੱਲ ਕਰ ਲਈਏ, ਚਾਹੇ ਖਨੌਰੀ ਬੋਰਡਰ ਦੀ ਗੱਲ ਕਰ ਲਈਏ, ਚਾਹੇ ਡੱਬ ਵਾਲੀ ਬੋਰਡਰ ਦੀ ਗੱਲ ਕਰ ਲਈਏ, ਤਾਂ ਕਿਸਾਨਾਂ ਨੇ ਹੁਣ ਇੱਕ ਵੱਡਾ ਐਲਾਨ ਕੀਤਾ ਸੀਗਾ ਕਿ 12 ਵਜੇ ਤੋਂ 4 ਵਜੇ ਤੱਕ ਅੱਜ ਦੇ ਦਿਨ ਜਿਹੜੀਆਂ ਨੇ ਟ੍ਰੇਨਾਂ ਰੋਕੀਆਂ ਜਾਣਗੀਆਂ। ਤਾਂ ਅੰਮ੍ਰਿਤਸਰ ਦੀ ਜੇਕਰ ਗੱਲ ਕਰ ਲਈਏ ਤਾਂ ਅੰਮ੍ਰਿਤਸਰ ਦੇ ਵਿੱਚ ਕਿਸਾਨ ਆਗੂ ਸਰਵਨ ਸਿੰਘ ਭੰਦੇੜ ਦੀ ਅਗਵਾਈ ਦੇ ਵਿੱਚ ਰੇਲਵੇ ਟਰੈਕ ਜਿਹੜੇ ਜਾਮ ਕੀਤੇ ਗਏ ਨੇ। ਤਾਂ ਜੇਕਰ ਪਟਿਆਲਾ ਦੀ ਗੱਲ ਕਰੀਏ ਤਾਂ ਪਟਿਆਲਾ ਦੇ ਵਿੱਚ ਵੀ ਕਿਸਾਨ ਜਿਹੜੇ ਨੇ ਬੈਠੇ ਹੋਏ ਨਜ਼ਰ ਆ ਰਹੇ ਨੇ। ਤਸਵੀਰ ਜਿਹੜੀ ਹੈ ਰੇਲਵੇ ਟਰੈਕ ਦੀ ਦਿਖਾ ਰਹੇ ਹਾਂ, ਇਹ ਪਟਿਆਲਾ ਦਾ ਰੇਲਵੇ ਟਰੈਕ ਹੈ ਜਿੱਥੇ ਅਕਸਰ ਟ੍ਰੇਨਾਂ ਨਜ਼ਰ ਆਉਂਦੀਆਂ ਸੀਗੀਆਂ, ਲੇਕਿਨ ਤੁਹਾਨੂੰ ਅੱਜ ਇੱਥੇ ਕਿਸਾਨ ਨਜ਼ਰ ਆਉਣਗੇ ਕਿਉਂਕਿ ਕਿਸਾਨਾਂ ਨੇ ਅੱਜ ਰੇਲਵੇ ਟਰੈਕ ਜਿਹੜਾ ਉਹ ਬੰਦ ਕਰ ਦਿੱਤਾ ਹੈ। ਤਾਂ ਗੱਲਬਾਤ ਕਰਾਂਗੇ ਕਿਸਾਨ ਇੱਥੇ ਮੌਜੂਦ ਨੇ ਉਹਨਾਂ ਤੋਂ, ਜਾਣਦੇ ਹਾਂ ਕਿ ਆਖਿਰਕਾਰ ਅੱਜ ਜਿਹੜਾ ਰੇਲਵੇ ਟਰੈਕ ਜਾਮ ਕੀਤਾ ਗਿਆ ਤਾਂ ਆਖਿਰਕਾਰ ਕੀ ਕੁਝ ਕਹਿਣਾ ਚਾਹੁੰਦੇ ਨੇ, ਕਿਉਂਕਿ ਪਟਿਆਲਾ ਦੇ ਵਿੱਚ 3-4 ਥਾਵਾਂ ਦੇ ਉੱਪਰ ਇਹ ਰੇਲਵੇ ਟਰੈਕ ਜਿਹੜੇ ਨੇ ਬੰਦ ਕੀਤੇ ਗਏ ਨੇ। ਸਭ ਤੋਂ ਪਹਿਲਾਂ ਤਾਂ ਲਗਾਤਾਰ ਤੁਸੀਂ ਵੱਖ ਵੱਖ ਬੋਰਡਰਾਂ ਦੇ ਉੱਪਰ ਬੈਠੇ ਹੋ, ਸ਼ੰਭੂ ਬੋਰਡਰ ਦੀ ਗੱਲ ਕਰ ਲਈਏ ਚਾਹੇ ਖਨੌਰੀ ਬੋਰਡਰ ਦੀ ਗੱਲ ਕਰ ਲਈਏ, ਅੱਜ ਰੇਲਵੇ ਟਰੈਕ ਜਾਮ ਕਰਨੇ ਪੈ ਗਏ, ਇੰਨੀ ਕੀ ਨੌਬਤ ਆ ਗਈ ਸੀ? ਨੌਬਤ ਤਾਂ ਇਸੇ ਆ ਗਈ ਜੀ, ਇਹ ਸਾਨੂੰ ਦੇਖੋ ਨਾ ਤਾਂ ਦੂਆਂ ਨੂੰ ਰੇਲਾਂ 'ਤੇ ਆਉਣ ਦਿੰਦੇ ਰਹੇ, ਜੇ ਰੇਲਾਂ 'ਤੇ ਆਉਣੇ ਨਹੀਂ ਕਿਸੇ ਨੂੰ ਦੇਣਾ, ਜਾਣੇ ਨਹੀਂ ਦੇਣਾ ਤਾਂ ਬੰਦ ਕਰ ਦੇਣ। ਇੱਕ ਪਾਸੇ ਤਾਂ ਕਹਿੰਦੇ ਨੇ ਵੀ ਇਹ ਟਰਾਲੀਆਂ ਲੈ ਕੇ ਆਉਂਦੇ ਨੇ ਜੀ, ਟਰਾਲੀਆਂ ਲੈ ਕੇ ਨਾ ਆਉਣ, ਗੱਡੀਆਂ 'ਤੇ ਆ ਜਾਣ, ਟ੍ਰੇਨਾਂ 'ਤੇ ਆ ਜਾਣ। ਟ੍ਰੇਨਾਂ 'ਤੇ ਅਸੀਂ ਜਾਈਏ ਕਿਵੇਂ? ਟ੍ਰੇਨਾਂ 'ਤੇ ਸਾਨੂੰ ਫੜ ਕੇ ਤੁਸੀਂ ਅੰਦਰ ਕਰਦੇ ਹੋ, ਪਰਚੇ ਪਾਉਂਦੇ ਹੋ, ਟਿਕਟਾਂ ਦਿੰਦੇ ਨਹੀਂ, ਇਹੋ ਜਿਹੇ ਹਾਲਤ ਹੋ ਰਹੇ ਨੇ ਸਾਡੇ ਸਾਰੇ, ਮਤਲਬ ਜਿੰਨਾ ਵੀ ਹਿੰਦੁਸਤਾਨ ਹੈ ਨਾ, 4 ਚਪੇਰੇ ਤੋਂ ਕਿਸਾਨ ਆ ਰਹੇ ਨੇ, ਇਹ ਆਉਣ ਨਹੀਂ ਦਿੰਦੇ। ਦਫਾ 44 ਲਾ ਦੀ ਦਿੱਲੀ ਦੇ ਵਿੱਚ, ਉੱਥੇ ਐਡਾ ਕੀ ਜ਼ੁਲਮ ਪੈ ਗਿਆ ਵੀ ਜਿਹੜਾ ਦਫਾ 44 ਲਾਉਣ ਨੂੰ ਉੱਥੇ ਐਡੀ ਕਿਹੜੀ ਹਨੇਰੀ ਆ ਗਈ, ਇੰਨਾ ਕੌਣ ਦਿੱਲੀ ਨੂੰ ਲੁੱਟਣ ਆ ਗਿਆ? ਅਸੀਂ ਤਾਂ ਦਿੱਲੀ ਬਚਾਈ ਆ ਕਈ ਵਾਰੀ, ਅਸੀਂ ਵਿਆਹ ਵਿਆਹ ਕੇ ਦਿੱਲੀ ਛੱਡਤੀ, ਦਿੱਲੀ ਫੇਰ ਉਹ ਕਰੀ ਜਾਂਦੀ ਹੈ, ਅੱਜ ਤਾਂ ਕਿੰਨੀ ਵਾਰੀ ਉਹਨੂੰ ਮਤਲਬ ਕਬਜ਼ਾ ਕਰਕੇ ਫੇਰ ਦਿੱਤੀ ਇਹਨਾਂ ਨੂੰ, ਇਹ ਫਿਰ ਸਮਝਦੇ ਨੇ ਵੀ ਖਬਰ ਨਹੀਂ ਦਿੱਲੀ ਸਾਡੀ ਲੁੱਟੇ ਰਹਿਣਗੇ। ਅਸੀਂ ਕੁਛ ਨਹੀਂ ਦਿੱਲੀ ਨੂੰ ਕਹਿੰਦੇ, ਸਾਡੀਆਂ ਮੰਗਾਂ ਨੇ, ਅਸੀਂ ਮੰਗਣ ਜਾਂਦੇ ਤੇ ਉਹਦੇ ਪਰ ਇਹਨਾਂ ਨੇ ਸ਼ੰਭੂ ਬਾਰਡਰ ਦੇ ਜਿਹੜੇ ਤੁਸੀਂ ਕਹਿੰਦੇ ਵੀ ਬਾਰਡਰ ਰੋਕੇ ਨੇ, ਅਸੀਂ ਨਹੀਂ ਬਿਲਕੁਲ ਰੋਕੇ, ਅੱਜ ਵੀ ਮਤਲਬ ਇਹਨਾਂ ਦੇ ਦੇਖ ਲਓ ਵੀ ਕਿੱਡੀਆਂ ਕਿੱਡੀਆਂ ਕੰਧਾਂ, ਕਿੱਡੀਆਂ ਕਿੱਡੀਆਂ ਉਹ ਲਾਈਆਂ ਪਈਆਂ ਨੇ, ਕੰਡਾ ਤਾਰਾਂ ਲਾਈਆਂ ਪਈਆਂ ਨੇ, ਜਿਹੜੇ ਬਾਰਡਰਾਂ ਨੂੰ ਅਸੀਂ ਜਾਣਾ ਗਿਆ ਤਾਂ ਜੇ ਅਸੀਂ ਜਾਣਾ ਹੀ ਚਾਹੁੰਦੇ ਅਸੀਂ ਆਪਣੀ ਜਿੱਦੇ ਕਰਦੇ ਆਲੇ ਦੁਆਲੇ ਨੂੰ ਵੀ ਜਾ ਸਕਦੇ ਤੇ, ਪਰ ਨਹੀਂ ਅਸੀਂ ਆਲੇ ਦੁਆਲੇ ਨੂੰ ਨਹੀਂ ਜਾਣਾ, ਜੇ ਜਾਣਾ ਤਾਂ ਰਾਹ ਖੋਲਣਗੇ। ਉੱਥੇ ਇਹਨਾਂ ਨੇ ਸਾਡੇ ਨਾਲ ਕੀ ਧੱਕਾ ਕਰਿਆ, ਕਿੰਨਾ ਕੁ ਮੁੰਡਾ ਕੇ ਕਰਨ ਜਾ ਰਿਹਾ ਤਾ ਵੀ ਮਤਲਬ ਬਾਰਡਰ ਤੋੜ ਰਿਹਾ ਤਾ, ਕਿਹਦਾ ਉਹਦੇ ਹੱਥ 'ਚ ਕਿਹੜੀ ਸਟੇਨ ਗਨ ਤੀ, ਕਿਹੜਾ ਉਹਦੇ ਕੋਲ ਬੰਬ ਤਾ, ਕੁਛ ਨਹੀਂ ਤਾ ਉਹਦੇ ਕੋਲ। ਉਹ ਜਦ ਉੱਥੋਂ ਦੇਖਿਆ ਵੀ ਮਤਲਬ ਪਰਾਂ ਦੇ ਬੰਦ ਹੈ, ਉਹ ਵਾਪਸ ਆ ਰਿਹਾ ਤਾ, ਉਹਦੇ ਪਿੱਛੇ ਪਿੱਛੇ ਤੋਂ ਗੋਲੀ ਮਾਰੀ, 12 ਬੋਰ ਦੀ ਗੋਲੀ ਮਾਰੀ ਆ। ਕਹਿੰਦੇ ਨੇ ਅਸੀਂ ਤਾਂ ਰਬੜ ਦੀਆਂ ਗੋਲੀਆਂ ਮਾਰੀਆਂ ਨੇ, ਬਿਲਕੁਲ ਰਬੜ ਦੀਆਂ ਗੋਲੀਆਂ ਨਹੀਂ ਮਾਰੀਆਂ, ਇਹਨਾਂ ਨੇ 12 ਬੋਰ ਦੀਆਂ ਗੋਲੀਆਂ ਚਲਾਈਆਂ ਨੇ, ਪਹਿਲੇ ਦਿਨ ਵੀ ਚਲਾਈਆਂ ਤੀਆਂ, 21 ਨੂੰ ਵੀ ਚਲਾਈਆਂ। ਸਾਡੇ ਤਾਂ ਮਤਲਬ ਇਹਨਾਂ ਨੇ ਧੱਕੇ ਹੀ ਕਰਿਆ, ਹੋਰ ਅਸੀਂ ਕੀ ਕਰਾਂਗੇ? ਅਸੀਂ ਰੇਲਾਂ ਰੋਕਤੀਆਂ, ਸਾਡਾ ਕੋਈ ਸ਼ੌਂਕ ਨਹੀਂ ਹੈਗਾ ਰੇਲਾਂ ਰੋਕਣਾ ਜਾਂ ਸੜਕਾਂ 'ਤੇ ਬੈਠਣਾ, ਪਾਣੀ ਸਾਡੇ ਦੇਣ ਵਾਲੇ ਪਏ ਨੇ, ਸਾਰਾ ਕੁਝ ਸਾਡਾ ਮਤਲਬ ਖੇਤਾਂ 'ਚ, ਅਸੀਂ ਤਾਂ ਹੈਰਾਨ ਹੋ ਰਹੇ ਨਾ। ਇਹ ਜਾਣ ਜਾਣ ਕੇ ਸਰਕਾਰ ਕਰਦੀ ਆ ਸਾਨੂੰ ਦੇਣ ਦੀ ਮਾਰ ਮਹਿੰਗੀਆਂ, ਪਹਿਲਾਂ ਇਹ ਮੰਗਾਂ ਮੰਨੀਆਂ ਵੀ ਆ ਨੇ, ਜਿਹੜਾ ਪਰ ਹਾਂ ਹੋਈ ਵੀ ਆ, ਆਪ ਮੋਦੀ ਨੇ ਕਿਹਾ ਵੀ ਮੈਂ ਸਪੀਚ ਦੇਊਂਗਾ, ਪਰ ਉਹਨੇ ਕਿਹੜਾ 15 ਲੱਖ ਲਾ ਤਾ, ਇਹ ਤਾਂ ਝੂਠ ਬੋਲਦਾ। ਹੰਥੀ ਗੋਦੀ ਨੂੰ ਬੋਦੀ, ਕੀੜੀ ਨੂੰ ਹੰਥੀ ਗੋਦੀ ਚੁਕਾ ਤਾ, ਬੋਤਾ ਹੱਥ ਲਮਕਾ ਤਾ, ਰੋਡੇ ਵਾਲੇ ਰੇਲ ਖੜ ਗਈ ਕਹਿੰਦਾ ਕੀੜੀ ਖਿੱਚ ਲਈ ਪੇਟੀ ਲਾ ਕੇ, ਇਹੋ ਜਿਹੇ ਕੰਮ ਇਹਨਾਂ ਨੇ ਕਰੇ ਨੇ ਝੂਠ ਬੋਲ ਬੋਲ ਕੇ। ਅਸੀਂ ਨਹੀਂ ਕਿਸਾਨ ਫਸਲਾਂ ਦੇ ਉੱਪਰ ਐਮ ਐਸ ਪੀ ਦੀ ਗੱਲ ਕਰ ਰਹੇ ਸੀਗੇ,
ਕੇਂਦਰ ਸਰਕਾਰ ਜਿਹੜੀ ਇਸ ਗੱਲ ਦੇ ਉੱਪਰ ਆ ਵੀ ਗਈ ਸੀਗੀ, ਪੰਜ ਫਸਲਾਂ ਦੇ ਉੱਪਰ MSP ਦੇ ਰਹੀ ਸੀਗੀ, ਲੇਕਿਨ ਕਿਸਾਨਾਂ ਨੇ ਉਸ ਨੂੰ ਠੁਕਰਾਇਆ। ਕਿਸਾਨਾਂ ਦਾ ਕਹਿਣਾ ਸੀਗਾ ਕਿ ਸਾਰੀ ਫਸਲਾਂ ਦੇ ਉੱਪਰ MSP ਨੇ ਬਿਲਕੁਲ ਨਹੀਂ ਠੁਕਰਾਇਆ, ਬਿਲਕੁਲ ਨਹੀਂ ਟਕਰਾਏ। ਚਾਲਬਾਜ਼ੀ ਹੈ, 5 ਸਾਲ ਬਾਅਦ ਤੇ 5 ਸਾਲ ਦੇ ਵੀ ਉਹ ਇੱਕ ਪ੍ਰਾਈਵੇਟ ਨੂੰ ਦੇ ਰਹੇ ਨੇ। ਪ੍ਰਾਈਵੇਟ ਦਾ ਕੇ ਪੂੰਛ ਫੜਾਂਗੇ, ਤੂੰ ਲਾ ਲਾ ਵੀ ਤੂੰ ਲੈ ਕੇ ਸਾਡਾ 50-60 ਕਰੋੜ ਰੁਪਈਆ, 50,000 ਕਰੋੜ ਲੈ ਕੇ ਭਾਜਾਂ, ਕੀ ਕਰਾਂਗੇ ਅਸੀਂ ਤੇਰਾ? ਕੁਛ ਵੀ ਨਹੀਂ, ਜਾ ਕੇ ਉਹ ਬੈਠਾ ਮਾਲੀਆ ਨਾਲੇ ਇਹਦੇ ਨਾਲ ਮੋਦੀ ਨਾਲ ਮਿਲ ਕੇ ਵੱਗ ਗਿਆ, ਉਹਦਾ ਨਹੀਂ ਕੁਛ ਬਣਦਾ। ਸਰਕਾਰ ਆਪ ਗਰੰਟੀ ਦੇਵੇ, ਸਰਕਾਰ ਪਰ ਕੇ ਫਾਹਾ ਪੈਂਦਾ? ਜੇ ਉਹ ਖਰੀਦਦੇ ਨੇ, ਗੱਠਾ ਵੀ ਲੋਕ ਖਰੀਦਦੇ ਨੇ, ਇਹਦੇ ਵਿੱਚ ਲੋਕਾਂ ਦੀ ਲੁੱਟ ਹੁੰਦੀ ਆ, ਜਿਹੜੀ ਮਤਲਬ ਸਸਤੀ ਚੀਜ਼ ਸਸਤੀ ਖਰੀਦੀ ਜਾਂਦੀ ਆ, 7-5 ਰੁਪਈਏ ਨੂੰ ਖਰੀਦ ਕੇ 60-60 ਨੂੰ 70-70 ਰੁਪਈਏ ਨੂੰ ਵੇਚੀ ਜਾਂਦੀ ਹੈ। ਦੋ ਪਾਸੇ ਲੁੱਟ ਕਰਦਾ ਵਪਾਰੀ। ਜੇ ਮਤਲਬ ਕਿ ਇਹ ਉਹਦਾ ਬੰਨ ਦਿੰਦੇ ਆਟਾ, ਕਿੰਨਾ ਕੁ ਮਹਿੰਗਾ ਮਿਲਦਾ ਤੁਹਾਨੂੰ? ਵੱਧ ਤੋਂ ਵੱਧ 35 ਰੁਪਈਏ, ਉਹਦੀ ਵੀ ਲਿਮਿਟ ਹੁੰਦੀ ਆ, ਲਿਮਿਟ ਕਰ ਦੇਣ ਵੀ ਇਹ ਇੱਦੋਂ ਖਰੀਦ ਕੇ ਇੱਦੋਂ ਵੱਧ ਨਾ ਵੇਚ ਸਕੇ। ਵਾਨੀਆਂ ਡਾਨੀਆਂ ਨੂੰ ਇਹ ਖੁੱਲ੍ਹ ਦੇਤੀ ਇਹਨਾਂ ਨੇ ਵੀ ਸਟੋਰ ਕਰ ਲਓ, ਜੇ ਕਾਲ ਪੈ ਜਾ ਚਾਹੇ ਤੁਸੀਂ 100 ਰੁਪਈਏ ਕਿਲੋ ਵੇਚੋ ਇਹਨੂੰ, ਚਾਹੇ 200 ਰੁਪਈਏ ਕਿਲੋ ਵੇਚੋ, ਉਹਦੇ ਪਰ ਕੋਈ ਉਹ ਨਹੀਂ। ਸਟੋਰ ਤਾਂ ਹੁਣੇ ਨਹੀਂ ਚਾਹੀਦਾ ਸਮਾਨ, ਜਿਵੇਂ ਪਹਿਲਾਂ ਦੇ ਉੱਕਰ ਕਰਨ, ਕਿਉਂ ਨਹੀਂ ਕਰਦੇ? ਇਹ ਮੋਦੀ ਦੀ ਸਾਰੀ ਨੀਤ 'ਚ ਫਰਕ ਹੈ। ਹਾਂ ਕਰਕੇ ਮੰਨ ਕੇ ਝੂਠ ਬੋਲ ਕੇ ਗੱਲ ਨੂੰ ਕਹਿੰਦਾ ਮੇਰਾ ਤਾਂ ਜੁਬਲਾ ਤਾ ਉਹ 2 ਸਾਲ ਦੇ ਵਿੱਚ, ਜਦ ਤਾਂ ਉਹਨੂੰ 2 ਸਾਲ ਦੇ ਵਿੱਚ ਅਸੀਂ ਦਿਖੇ ਨਹੀਂ। ਹੁਣ 4 ਮੀਟਿੰਗਾਂ ਕਰ ਲਈਆਂ, 4 ਮੀਟਿੰਗਾਂ ਕਾਹਦੇ ਵਾਸਤੇ ਕਰ ਲਈਆਂ? ਹੁਣ ਉਹ ਮਤਲਬ ਸਾਨੂੰ ਉਹੀ ਪਹੁੰਚਾਉਣ ਵਾਸਤੇ ਵੀ ਉੱਧਰ ਦਿੰਦੇ ਜੀ, ਲੋਕਾਂ ਨੂੰ ਬੁੱਧੂ ਬਣਾਉਂਦੇ ਨੇ ਇਹ, ਸਾਨੂੰ ਦੋਵੇਂ ਸਾਰੀਆਂ ਚੀਜ਼ਾਂ ਨੂੰ ਮਾਰ। ਇਹ ਇਕੱਲਾ ਕਿਸਾਨਾਂ ਮਜ਼ਦੂਰਾਂ ਦਾ ਨਹੀਂ, ਇਹ ਦੁਕਾਨਾਂ ਵੀ ਖਤਮ ਹੋ ਜਾਣਗੀਆਂ, 500 ਦੁਕਾਨ ਨੂੰ ਇਕੱਲਾ ਮੌਲ ਖਾਊਗਾ। ਇਹਨਾਂ ਦੀ ਜਿਹੜੀ ਸਕੀਮ ਹੈ ਤਾਂ ਮਤਲਬ ਸਾਰਾ ਖਤਮ ਕਰਨਾ ਮੰਨਦੇ ਨੇ, ਇਕੱਲਾ ਡਾਨੀਆਂ ਨੂੰ ਦੇਣਾ ਮੰਨਦੇ ਨੇ। ਅੱਛਾ ਜਿਹੜੀ ਆ ਗਈ ਕਰਜ਼ੇ ਦੀ ਗੱਲ, ਕਰਜ਼ਾ ਕੋਈ ਅਸੀਂ ਇਹਨਾਂ 'ਤੇ ਭੀਖ ਨਹੀਂ ਮੰਗਦੇ। ਹਾਂ ਸਾਡੇ ਨਾਲ ਬਹਿ ਕੇ ਰਿਪੋਰਟ ਹੋਈ ਆ, ਇਹ ਨਾ ਉਹਨੂੰ ਲਾਗੂ ਹੀ ਨਹੀਂ ਕਰਿਆ ਇਹਨਾਂ ਨੇ, 12 ਤੋਂ ਲੈ ਕੇ ਬਹਿ ਕੇ ਹਿਸਾਬ ਕਰ ਲੈਣ, ਸਾਡੇ ਵੱਧਦੇ ਹੋਏ ਦੇ ਦੇਣ, ਘੱਟਦੇ ਹੋਣਗੇ ਅਸੀਂ ਦੇ ਦਾਂਗੇ ਇਹਨਾਂ ਨੂੰ, ਇਹ ਵੀ ਨਹੀਂ ਹੈਗਾ ਅਸੀਂ ਕਹਿੰਦੇ ਵੀ ਨਹੀਂ। ਮਹੀਨੇ ਦੇ ਕਰੀਬ ਹੋਣ ਨੂੰ ਆ ਗਿਆ, ਕਿਸਾਨ ਬੋਰਡਰਾਂ ਦੇ ਉੱਪਰ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਕਿ ਸਾਨੂੰ ਦਿੱਲੀ ਜਾਣ ਦਿਓ, ਸਾਡੀਆਂ ਅਸੀਂ ਦਿੱਲੀ ਜਾਣਾ ਵੀ ਨਹੀਂ ਚਾਹੁੰਦੇ ਹੈਗੇ, ਸਾਡੀਆਂ ਮੰਗਾਂ ਮੰਨ ਲਓ, ਕਿਸ ਤਰ੍ਹਾਂ ਵੇਖ ਰਹੇ ਹੋ? ਉਹ ਮਹਾਰਾਜ ਅਸੀਂ ਤਾਂ ਤੁਰਦੇ ਹੀ ਨਹੀਂ, ਤਾਂ ਸਾਨੂੰ ਲੋੜ ਕਿਹੜੀ ਪੈ ਗਈ ਤੀ ਇੰਨੇ ਢਾਣ ਸੰਬੰਨਣ ਦੀ? ਜੇ ਪਹਿਲਾਂ ਇਹਨਾਂ ਨੂੰ 2 ਸਾਲ ਦੇ ਵਿੱਚ ਕਰ ਦੇਣਾ, ਤਾਂ ਜਦ ਉਹ ਉੱਥੇ ਮੰਨ ਲਿਆ ਵੀ ਅਸੀਂ ਕਮੇਟੀ ਬਣਾਵਾਂਗੇ, ਕਮੇਟੀ ਸਾਡੀ ਕਿਸਾਨਾਂ ਦੀ ਨਾਲ ਬਿਠਾਉਂਦਾ, ਅਸੀਂ ਇਹ ਵੀ ਨਹੀਂ ਕਹਿੰਦੇ ਵੀ ਉਹ ਤੁਸੀਂ ਸਾਡੇ ਦੂਏ ਕਿਸਾਨ ਹੈ ਜਿਹੜੇ ਇਹਨਾਂ ਨਾਲ ਕੁਛ ਵੀ ਦਾ, ਉਹ ਪਹਿਲਾਂ ਨਾਲੇ ਬਹਿ ਕੇ ਨਿਬੇੜ ਦਿੰਦੇ, ਇਹ ਚੀਜ਼ ਤਾਂ ਉਹ ਵੀ ਚਾਹੁੰਦੇ ਨੇ। ਪਰ ਉਹ ਇੱਕ ਗੱਲ ਰਹਿ ਗਈ ਵੀ ਮੈਨੂੰ ਤੁਹਾਡਾ ਮਸਲਾ ਨਹੀਂ, ਮੈਨੂੰ ਤਾਂ ਮੇਰੀ ਕੁਰਸੀ ਦਾ ਮਸਲਾ, ਮੇਰੀ ਚੌਧਰ ਦਾ ਮਸਲਾ, ਜੇ ਤਾਂ ਮੇਰੀ ਚੌਧਰ ਹੈ ਤਾਂ ਠੀਕ ਹੈ, ਨਹੀਂ ਮੈਂ ਕਹਿੰਦਾ ਤੂੰ ਨਾ ਜਾਈ ਓਏ, ਕੁਛ ਨਹੀਂ ਹੈਗਾ। ਕਈ ਲੋਕ ਤਾਂ ਵਾਫਰ ਹੋ ਕੇ ਭੱਜ ਗਏ, ਜਾਣਾ ਪਊਗਾ, ਲੋਕਾਂ ਦਾ ਕੰਮ ਹੈ। ਜੇ ਅਸੀਂ ਕਹੀਏ ਵੀ ਇਹ ਲੀਡਰਾਂ ਨੇ ਮਤਲਬ ਮੂਹਰੇ ਤੁਰ ਲਏ, ਇਹਨਾਂ ਨੇ ਕੋਈ ਗੁਨਾਹ ਨਹੀਂ ਕਰਿਆ, ਇਹਨਾਂ ਨੇ ਸਾਨੂੰ ਜਗਾਇਆ, ਸਾਡਾ ਜਾਣਾ ਫਰਜ਼ ਹੈ। ਜੇ ਨਹੀਂ ਜਾਵਾਂਗੇ ਤਾਂ ਅਸੀਂ ਡੁੱਬਾਂਗੇ, ਸਾਨੂੰ ਡੋਬਣਗੇ, ਸਰਕਾਰਾਂ ਵੀ ਸਾਨੂੰ ਡੋਬਦੀਆਂ ਨੇ, ਸਰਕਾਰਾਂ ਤਾਂ ਤਲਾਸੇ ਦੇਣ। ਭਗਵੰਤ ਮਾਨ ਵੀ ਕਹਿੰਦਾ ਵੀ 5 ਸਾਲ ਦਾ ਹੋ ਰਿਹਾ, ਉਹ 5 ਸਾਲ ਦਾ ਮੈਨੂੰ ਦੱਸੋ ਤਾਂ ਸਹੀ, 5 ਸਾਲ ਤੋਂ ਬਾਅਦ ਕਿੱਧਰ ਜਾਵਾਂਗੇ, ਸਾਡੀ ਲਾਦ ਕਿੱਥੇ ਜਾਊਗੀ? 5 ਸਾਲ ਨਾਲ ਤਾਂ ਸਾਡੀ ਵੀ ਜ਼ਿੰਦਗੀ ਨਹੀਂ ਲੰਘਦੀ, ਬੱਚਿਆਂ ਦੀ ਤਾਂ ਲੰਘੂਗੀ ਓਕੇ ਕਿ ਨਹੀਂ? ਜੇ ਇਸ ਗੱਲ 'ਚ ਝੂਠ ਲੱਗਦਾ ਤੁਸੀਂ ਦੱਸ ਦਿਓ, ਆਪ ਦੇਖ ਲਓ ਦੁੱਧ ਨੂੰ ਜਮਾ ਕੇ, ਜੇ ਮੇਰਾ ਸੱਚ ਨਹੀਂ ਆਉਂਦਾ। ਕਿਸਾਨ ਕਦੋਂ ਤੱਕ ਸੰਘਰਸ਼ ਕਰੇਗਾ? ਕਿਉਂਕਿ ਲੰਬਾ ਅਰਸਾ ਹੋ ਗਿਆ, ਪਹਿਲਾਂ ਵੀ ਸੰਘਰਸ਼ ਕੀਤਾ 1.25 ਸਾਲ, ਔਰ 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਨੇ।
ਇਹ ਤਾਂ ਮਹਾਰਾਜ ਜਿੰਨਾ ਚਿਰ ਦੁਖੀ ਕਿਸਾਨ ਰਹੂਗਾ ਉਨਾ ਚਿਰ ਇਹ ਦੁਨੀਆ ਤੇ ਤੂਫਾਨ ਰਹੂਗਾ, ਤਾਂ ਸੰਘਰਸ਼ ਕਰਦੇ ਹੀ ਰਹਿਣਗੇ ਉਗਲ। ਜੋਗਲ ਇਹਨਾਂ ਨੂੰ ਨਹੀਂ ਕੁਛ ਹੁੰਦਾ, ਇਹਨਾਂ ਨੂੰ ਥੱਲੇ ਦਬਾ ਕੇ ਰੱਖਿਆ ਸਰਕਾਰਾਂ ਨੇ। ਜੇ ਮੰਗਿਆਈ ਪੱਤੇ ਦੇ ਨਾਲ ਵਧਾਉਂਦੇ ਨੇ, ਜੋੜ ਦੇਣ ਸਿਉਣੇ ਦੇ ਨਾਲ ਜੋੜ ਦੇਣ। ਸਿਉਣਾ 300 ਰੁਪਈਏ ਤੋਲਾ ਤਾ, ਅੱਜ 60 ਨੂੰ ਹੋ ਗਿਆ, ਕਣਕ 75 ਰੁਪਈਏ ਦੀ, ਉਹਦੇ ਨਾਲ ਹਿਸਾਬ ਲਾ ਕੇ ਜੋੜ ਦੇਣ, ਦੇ ਦੇਣ ਤੇਲ ਦੇ ਹਿਸਾਬ ਨਾਲ ਦੇ ਦੇਣ। ਅਸੀਂ ਤਾਂ ਕਹਿੰਦੇ ਵੀ ਜਿੱਧਰ ਨੂੰ ਮਰਜ਼ੀ ਦੇਣ ਤਾਂ ਸਹੀ, ਜਿੱਧਰ ਨੂੰ ਮੰਗਿਆਈ ਵਧੀਆ ਉੱਧਰ ਨੂੰ। 50 ਪੈਸੇ ਲੀਟਰ ਤੇਲ ਤਾਂ, 75 ਪੈਸੇ ਕਣਕ ਤੀ, 1.5 ਲੀਟਰ ਤੇਲ ਆਉਂਦਾ ਤਾਂ ਮੈਨੂੰ, ਅੱਜ ਤੇਲ ਕਹਿੰਦਾ 100 ਰੁਪਈਏ ਕਿਲੋ ਹੈ, 150 ਦਾ ਲਾ ਲਓ ਵੀ ਕਿੱਥੇ ਹੋਊਗਾ। ਇਹ ਤਾਂ ਮਤਲਬ ਬਹੁਤ ਦੂਰ ਭਾਗੀ ਨਾ ਕਣਕ। ਬਿਲਕੁਲ, ਇਹ ਤੁਸੀਂ ਤਸਵੀਰ ਦੇਖੋ ਕਿ ਕਿਸਾਨ ਨੇ, ਕਿਸਾਨ ਰੇਲਵੇ ਟਰੈਕਾਂ ਦੇ ਉੱਪਰ ਬੈਠ ਚੁੱਕੇ ਨੇ। ਜਿਸ ਤਰ੍ਹਾਂ ਅੱਜ ਦੀ ਕੋਲ ਦਿੱਤੀ ਗਈ ਸੀਗੀ ਰੇਲਵੇ ਟਰੈਕ ਬੰਦ ਕਰਨ ਦੀ, ਤਾਂ ਉਹ ਪੂਰੀ ਕਹਿ ਸਕਦੇ ਹਾਂ ਕਿ ਅੱਜ ਮੁਕੰਮਲ ਹੋ ਚੁੱਕੀ ਹੈ। ਤਾਂ ਇਹ ਤਸਵੀਰ ਦੇਖੋ ਕਿ ਇਸ ਪਾਸੇ ਤੁਹਾਨੂੰ ਕਿਸਾਨ ਨਜ਼ਰ ਆਉਣਗੇ, ਤਾਂ ਹਰ ਪਾਸੇ ਰੇਲਵੇ ਟਰੈਕ ਦੇ ਉੱਪਰ ਤੁਹਾਨੂੰ ਕਿਸਾਨ ਹੀ ਕਿਸਾਨ ਜਿਹੜੇ ਨੇ ਨਜ਼ਰ ਆਉਣਗੇ। ਤਾਂ ਤਸਵੀਰ ਜਿਹੜੀ ਹੈ ਅਗਲੇ ਪਾਸੇ ਦੀ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਕਿਸਾਨ ਜਿਹੜੇ ਹਰ ਪਾਸੇ ਬੈਠੇ ਹੋਏ ਨਜ਼ਰ ਆ ਰਹੇ ਨੇ। ਮਹਿਲਾਵਾਂ ਦੀ ਜੇਕਰ ਗੱਲ ਕਰ ਲਈਏ ਤਾਂ ਉਹ ਵੀ ਇਸ ਪ੍ਰਦਰਸ਼ਨ ਦੇ ਵਿੱਚ, ਸੰਘਰਸ਼ ਦੇ ਵਿੱਚ ਸ਼ਾਮਿਲ ਨੇ। ਤਾਂ ਇਹ ਤਸਵੀਰ ਦੇਖੋ, ਪੂਰਾ ਰੇਲਵੇ ਟਰੈਕ ਜਿਹੜਾ ਉਹ ਅੱਜ ਕਿਸਾਨਾਂ ਵੱਲੋਂ ਜਿਹੜਾ ਇੱਧਰ ਬੰਦ ਕੀਤਾ ਗਿਆ, ਜਿਸ ਤਰ੍ਹਾਂ ਕੋਲ ਦਿੱਤੀ ਗਈ ਸੀ ਕਿਸਾਨ ਆਗੂਆਂ ਵੱਲੋਂ, ਤਾਂ ਉਹ ਅੱਜ ਪੂਰੀ ਹੁੰਦੀ ਹੋਈ ਨਜ਼ਰ ਆ ਰਹੀ ਹੈ। ਤਾਂ ਤਸਵੀਰ ਜਿਹੜੀ ਹੈ ਤੁਹਾਡੇ ਨਾਲ ਪਟਿਆਲਾ ਦੇ ਰੇਲਵੇ ਟਰੈਕ ਦੀ ਦਿਖਾ ਰਹੇ ਹਾਂ। ਪਟਿਆਲਾ ਦਾ ਮੁੱਖ ਰੇਲਵੇ ਸਟੇਸ਼ਨ ਹੈ ਜਿੱਥੇ ਕਿਸਾਨ ਜਿਹੜੇ ਨੇ ਉਹ ਬੈਠੇ ਹੋਏ ਨਜ਼ਰ ਆ ਰਹੇ ਨੇ। ਇਸ ਪਾਸੇ ਹੋਰ ਵੀ ਕਿਸਾਨ ਆਗੂ ਨੇ, ਉਹ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ ਕਿ ਉਹ ਕੀ ਕੁਛ ਕਹਿਣਾ ਚਾਹੁੰਦੇ ਨੇ, ਕਿਉਂਕਿ ਲਗਾਤਾਰ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ, ਸੰਘਰਸ਼ ਕਰ ਰਹੇ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਸਾਡੀਆਂ ਮੰਗਾਂ ਜਿਹੜੀਆਂ ਨੇ ਉਹ ਮੰਨ ਲਓ, ਨਹੀਂ ਤਾਂ ਅਸੀਂ ਵੱਡਾ ਸੰਘਰਸ਼ ਉਲੀਕਾਂਗੇ। ਸ਼ੇਰ ਸਿੰਘ ਜੀ, ਲਗਾਤਾਰ ਰੇਲਵੇ ਟਰੈਕ ਦੀ ਜੇਕਰ ਗੱਲ ਕਰ ਲਈਏ, ਪਹਿਲਾਂ ਵੀ ਕਈ ਵਾਰ ਰੇਲਵੇ ਟਰੈਕ ਬੰਦ ਕੀਤੇ ਗਏ ਸੀਗੇ, ਚਾਹੇ ਹੁਣ ਬੋਰਡਰਾਂ ਦੀ ਗੱਲ ਕਰ ਲਈਏ, ਤਾਂ ਪਹਿਲਾਂ ਵੀ ਸੰਘਰਸ਼ ਲੰਬਾ ਸਮਾਂ ਚੱਲਿਆ। ਕਿਸਾਨਾਂ ਨੂੰ ਕਦੋਂ ਤੱਕ ਸੰਘਰਸ਼ ਕਰਨਾ ਪਵੇਗਾ, ਕਦੋਂ ਤੱਕ ਇਸ ਤਰ੍ਹਾਂ ਸ਼ਹੀਦੀਆਂ ਦੇਣੀਆਂ ਪੈਣਗੀਆਂ? ਇਹ ਤਾਂ ਦੇਖੋ ਜੀ, ਲੰਬਾ ਕੰਮ ਹੈ। ਜਿੰਨਾ ਚਿਰ ਸਾਡੀ MSP ਸਰਕਾਰ ਨਹੀਂ, 23 ਚੀਜ਼ਾਂ 'ਤੇ ਨਹੀਂ ਸਰਕਾਰ ਮੰਨਦੀ, ਉਨਾ ਚਿਰ ਸਾਡੇ ਸੰਘਰਸ਼ ਚੱਲਣਗੇ। ਚਾਹੇ ਅਸੀਂ ਇੱਥੇ ਬੈਠੇ ਹਾਂ ਤਾਂ ਵੀ ਸਾਡਾ ਸੰਘਰਸ਼ ਹੈ, ਚਾਹੇ ਅਸੀਂ ਸੰਭੂ ਬਾਰਡਰ 'ਤੇ ਬੈਠੇ ਹਾਂ ਤਾਂ ਵੀ ਸਾਡਾ ਸੰਘਰਸ਼ ਹੈ, ਚਾਹੇ ਅਸੀਂ ਦਿੱਲੀ ਵੱਗ ਜਾਈਏ ਉੱਥੇ ਵੀ ਸੰਘਰਸ਼ ਹੈ। ਸੰਘਰਸ਼ ਤਾਂ ਸੰਘਰਸ਼ ਹੀ ਹੁੰਦਾ, ਚਾਹੇ ਘਰਾਂ ਬੈਠੇ ਆਪਣੇ, ਉਹ ਵੀ ਸੰਘਰਸ਼ ਹੈ। ਪਰ ਅਸੀਂ ਦਿੱਲੀ ਜਾਵਾਂਗੇ ਜ਼ਰੂਰ, ਜਦ ਵੀ ਟਾਈਮ ਲੱਗਾ ਸਾਡੇ ਦਿੱਲੀ ਜਾਵਾਂਗੇ, ਸੰਘਰਸ਼ ਲੰਬਾ ਚੱਲੂਗਾ। ਮੇਰਾ ਸਵਾਲ ਇਹ ਹੈ ਕਿ ਕਦੋਂ ਤੱਕ ਕਿਸਾਨਾਂ ਨੂੰ ਇਸ ਤਰ੍ਹਾਂ ਸੰਘਰਸ਼ ਕਰਨਾ ਪਏਗਾ, ਕਦੋਂ ਤੱਕ ਇਸ ਤਰ੍ਹਾਂ ਸੜਕਾਂ ਦੇ ਉੱਪਰ ਬੈਠਣਾ ਪਏਗਾ ਕਿਸਾਨਾਂ ਨੂੰ ਆ ਕੇ? ਜਿੰਨਾ ਚਿਰ MSP ਨਹੀਂ ਮਿਲਦੀ 23 ਫਸਲਾਂ 'ਤੇ, ਉਨਾ ਚਿਰ ਅਸੀਂ ਸੰਘਰਸ਼ ਕਰਾਂਗੇ। ਜੇਕਰ ਗੱਲ ਕਰੀਏ, ਲਗਾਤਾਰ ਕਿਸਾਨ ਸ਼ਹੀਦ ਹੋ ਰਹੇ ਨੇ, ਜੇਕਰ ਇਹ ਕਿਸਾਨੀ ਅੰਦੋਲਨ ਭਾਗ 2 ਦੀ ਗੱਲ ਕਰੀਏ, ਤਾਂ ਇਸ ਦੌਰਾਨ ਵੀ ਕਈ ਕਿਸਾਨ ਸ਼ਹੀਦ ਹੋਏ ਨੇ। ਇੱਕ ਨੌਜਵਾਨ ਸ਼ਹੀਦ ਹੋਇਆ, ਭੈਣਾਂ ਦਾ ਭਰਾ ਖੋਇਆ ਗਿਆ। ਇਹ ਸਰਕਾਰ ਦੀ ਨਲਾਇਕੀ ਹੈ, ਗਲਤ ਕੰਮ ਕਰਦੀ ਆ, ਨਿਹੱਥੇ ਲੋਕਾਂ 'ਤੇ ਗੋਲੀਆਂ ਚਲਾਉਂਦੀ ਹੈ, ਕਦੇ ਰਬੜ ਦੀਆਂ ਚਲਾਉਂਦੀ ਹੈ, ਕਦੇ ਸਿੱਧੀਆਂ ਗੋਲੀਆਂ ਚਲਾਉਂਦੀ ਹੈ, ਇਹ ਗਲਤ ਉਹਨਾਂ ਦੇ ਵਾਸਤੇ ਕੰਮ। ਬਾਕੀ ਸ਼ਹੀਦੀਆਂ ਤਾਂ ਦੇਖੋ ਸੰਘਰਸ਼ ਦੇ ਵਿੱਚ ਹੁੰਦੀਆਂ ਨੇ, ਕੋਈ ਗੱਲ ਨਹੀਂ, ਹੋ ਸਕਦਾ ਸਾਡੀ ਵੀ ਸ਼ਹੀਦੀ ਹੋਵੇ, ਤਾਂ ਕੋਈ ਗੱਲ ਨਹੀਂ, ਪਰਮਾਤਮਾ ਦੀ ਮਰਜ਼ੀ ਹੈ, ਹੋਣਗੇ, ਕੋਈ ਗੱਲ ਨਹੀਂ, ਕਰਾਂਗੇ, ਸ਼ਹੀਦੀਆਂ ਵੀ ਦੇਵਾਂਗੇ ਆਪਣੀ, ਜਦ ਅਸਲ ਪਿੱਛੇ ਨਸਲ ਪਿੱਛੇ, ਤਾਂ ਸ਼ਹੀਦੀਆਂ ਵੀ ਦੇਵਾਂਗੇ, ਸੰਘਰਸ਼ ਵੀ ਕਰਾਂਗੇ, ਕੋਈ ਗੱਲ ਨਹੀਂ। ਦੂਸਰਾ, ਤੁਸੀਂ ਬੋਰਡਰਾਂ ਦੇ ਉੱਪਰ ਗਏ ਜਦੋਂ ਪਹਿਲਾ ਦਿਨ ਸੀਗਾ ਸੰਘਰਸ਼ ਦਾ, ਨਾ ਕਾਫੀ ਦਿਨ ਤਾਂ ਹਫ਼ਤਾ ਦਾ ਪੂਰਾ ਉੱਥੇ ਮਤਲਬ ਕਿ ਜੰਗ ਦਾ ਮੈਦਾਨ ਬਣਿਆ ਹੋਇਆ ਸੀਗਾ, ਜਿਸ ਤਰ੍ਹਾਂ ਬੋਰਡਰਾਂ ਦੇ ਮਾਹੌਲ ਹੁੰਦਾ ਪਾਕਿਸਤਾਨ ਚੀਨ ਵਾਲਾ, ਉਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਸੀਗਾ। ਪਰਿਵਾਰ ਵਾਲੇ ਵੀ ਕਹਿੰਦੇ ਹੋਣਗੇ ਭਾਈ ਤੁਸੀਂ ਘਰਾਂ ਨੂੰ ਵਾਪਿਸ ਆ ਜਾਓ, ਹੈ ਨਾ, ਵੀ ਐਵੇਂ ਗੋਲੀ ਨਾ ਲੱਗ ਜਾਵੇ ਕਿਤੇ, ਕਿਉਂਕਿ ਇਸ ਤਰ੍ਹਾਂ ਦਾ ਮਾਹੌਲ ਸੀਗਾ ਪੂਰਾ। ਨਹੀਂ, ਕੋਈ ਘਰਾਂ ਕਿਸੇ ਨੇ ਨਹੀਂ ਕਿਹਾ ਵੀ ਤੁਸੀਂ ਵਾਪਸ ਆ ਜਾਓ, ਉਹ ਤਾਂ ਕਹਿੰਦੇ ਤੁਸੀਂ ਡਟ ਕੇ ਰਹੋ, ਚਾਹੇ ਸ਼ਹੀਦੀ ਹੋ ਜੂਗੀ ਠੀਕ ਹੈ, ਕੋਈ ਗੱਲ ਨਹੀਂ, ਪਹਿਲਾਂ ਵੀ ਤਾਂ ਸ਼ਹੀਦੀਆਂ ਹੋਈਆਂ ਨੇ, 700 ਸ਼ਹੀਦ ਹੋਏ ਨੇ, 700 750, ਪਰ ਹੁਣ ਵੀ ਸ਼ਹੀਦੀਆਂ, ਕੋਈ ਗੱਲ ਨਹੀਂ, ਸ਼ਹੀਦ ਜਿੱਥੇ ਹੋਣਾ ਉਹ ਤਾਂ ਸ਼ਹੀਦ ਹੋਣਾ ਹੀ ਹੋਣਾ, ਫਿਰ ਕੋਈ ਗੱਲ ਨਹੀਂ ਹੈਗੀ, ਇਹਦੇ ਵਿੱਚ ਕੋਈ ਚੱਕਣ ਵਾਲੀ ਗੱਲ ਨਹੀਂ। ਬਾਕੀ ਸੰਘਰਸ਼ ਤਾਂ ਸੰਘਰਸ਼ ਆ।
ਮਤਲਬ ਅੱਜ ਪੂਰਾ ਦਿਨ ਚੱਲੇਗਾ ਉਰੇ 4 ਵਜੇ ਤੱਕ? ਹਾਂ, ਅੱਜ 12 ਵਜੇ ਤੋਂ ਲੈ ਕੇ 4 ਵਜੇ ਤੱਕ ਸਾਡਾ ਪੂਰਾ ਦਿਨ ਗੱਡੀਆਂ ਰੋਕ ਕੇ ਰੱਖੇ ਅਸੀਂ। ਕਿੰਨੇ ਕਿਸਾਨ ਆਏ ਹੋ ਤੁਸੀਂ ਪਿੰਡ ਤੋਂ ਜੇਕਰ ਗੱਲ ਕਰ ਲਈ, ਕਿੰਨੇ ਜਣੇ ਆਏ ਹੋ ਤੁਸੀਂ? ਅਸੀਂ ਸਾਡੇ BKU ਪਟੇਲਗੜ੍ਹ ਪਟਿਆਲਾ 2 ਦੇ ਤਕਰੀਬਨ 100 ਕੁ ਬੰਦਾ ਸਾਡਾ ਹੈਗਾ, ਪਟਿਆਲਾ 2 ਦਾ 100 ਕੁ ਬੰਦਾ ਸਾਡਾ ਇੱਥੇ ਆਇਆ ਹੈਗਾ। ਬਿਲਕੁਲ, ਇਹ ਤਸਵੀਰ ਦੇਖੋ ਕਿ ਰੇਲਵੇ ਟਰੈਕ ਹੈ ਪੂਰਾ, ਅੱਜ ਕਿਸਾਨਾਂ ਵੱਲੋਂ ਜਿਹੜਾ ਉਰੇ ਬੈਠ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ। ਵੱਖ ਵੱਖ ਥਾਵਾਂ 'ਤੇ ਤੁਹਾਨੂੰ ਕਿਸਾਨ ਨਜ਼ਰ ਆਉਣਗੇ, ਵੱਖ ਵੱਖ ਜਥੇਬੰਦੀਆਂ ਨਜ਼ਰ ਆਉਣਗੀਆਂ, ਤਾਂ ਕਹਿ ਸਕਦੇ ਕਿ ਅੱਜ ਸਾਂਝਾ ਪ੍ਰਦਰਸ਼ਨ ਜਿਹੜਾ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ। ਤਾਂ ਤਸਵੀਰ ਜਿਹੜੀ ਹੈ ਪਟਿਆਲਾ ਦੀ ਹੈ, ਪਟਿਆਲਾ ਦੀ ਤਸਵੀਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਿਸਾਨ ਜਿਹੜੇ ਨੇ ਉਹ ਬੈਠੇ ਹੋਏ ਨਜ਼ਰ ਆ ਰਹੇ ਨੇ। ਤਾਂ ਕਹਿ ਸਕਦੇ ਹਾਂ ਲੰਬਾ ਸਮਾਂ ਕਿਸਾਨਾਂ ਨੂੰ ਹੋ ਚੁੱਕਿਆ ਪ੍ਰਦਰਸ਼ਨ ਕਰਦਿਆਂ ਨੂੰ, ਤਾਂ 1 ਮਹੀਨੇ ਦਾ ਸਮਾਂ ਜਿਹੜਾ ਕਿਸਾਨਾਂ ਨੂੰ ਹੋਣ ਨੂੰ ਆ ਗਿਆ ਵੱਖ ਵੱਖ ਬੋਰਡਰਾਂ ਦੇ ਉੱਪਰ। ਇਸ ਤੋਂ ਪਹਿਲਾਂ ਵੀ 1.5 ਸਾਲ ਸੰਘਰਸ਼ ਚੱਲ ਰਿਹਾ, ਕਿਸਾਨ ਹੋਰ ਮੌਜੂਦ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਕਿਸ ਤਰ੍ਹਾਂ ਵੇਖਦੇ ਹੋ ਕਿ ਲਗਾਤਾਰ ਕਿਸਾਨਾਂ ਨੂੰ ਕਿਉਂ ਇਹ ਜਿਹੀ ਨੋਬਤ ਆ ਰਹੀ ਹੈ ਕਿ ਪ੍ਰਦਰਸ਼ਨ ਕਰਨੇ ਪੈ ਰਹੇ ਨੇ? ਅਜਿਹੀ ਨੋਬਤ ਕਿਉਂ ਆ ਰਹੀ ਹੈ, ਕਿਉਂ ਅਜਿਹਾ ਸਮਾਂ ਕਿਉਂ ਆ ਰਿਹਾ ਕਿਸਾਨਾਂ ਦੇ ਉੱਪਰ ਕਿ ਕਿਸਾਨਾਂ ਨੂੰ ਪ੍ਰਦਰਸ਼ਨ ਕਰਨੇ ਪੈ ਰਹੇ, ਰੇਲਵੇ ਟਰੈਕ ਬੰਦ ਕਰਨੇ ਪੈ ਰਹੇ? ਜਿਹੜੀ ਭਾਰਤ ਦੀ ਸਰਕਾਰ ਹੈ ਜੀ, ਇਹਨੇ ਨੀਤੀਆਂ ਇਹਨਾਂ ਜਾਂ ਬਣਾ ਰਹੀਆਂ ਨੇ ਸਾਰੀਆਂ ਜਿਹੜੀਆਂ ਕਿਸਾਨ ਮਾਰੂ ਨੇ ਅਤੇ ਕਾਰਪੋਰੇਟਰ ਨੂੰ ਉਭਾਰਨ ਵਾਸਤੇ। ਸਾਡੇ ਹੁਣ ਖੇਤੀ ਦੇ ਖਰਚੇ ਹੀ ਇੰਨੇ ਜ਼ਿਆਦਾ ਵੱਧ ਗਏ ਨੇ ਵੀ ਸਾਨੂੰ ਕੋਈ ਵੀ ਪੈਸਾ ਪੱਲੇ ਬਚਦਾ ਨਹੀਂ ਹੈਗਾ। ਫਿਰ ਅਸੀਂ ਪ੍ਰੋਟੈਸਟ ਕਰਾਂਗੇ, ਹੋਰ ਕੀ ਕਰਾਂਗੇ? ਅਸੀਂ ਇਹ ਵੀ ਨਹੀਂ ਚਾਹੁੰਦੇ ਹੈਗੇ ਵੀ ਖੇਤੀ ਦੀ ਮਤਲਬ ਫਸਲ ਦੇ ਭਾਅ ਬਹੁਤ ਜ਼ਿਆਦਾ ਵੱਧ ਜਾਣ, ਜਿਵੇਂ ਕਿ ਨੈਸ਼ਨਲ ਮੀਡੀਆ 'ਤੇ ਪ੍ਰਚਾਰ ਕਰਿਆ ਜਾ ਰਿਹਾ ਵੀ ਜੇ ਇਹਨਾਂ ਦੀ MSP ਦੇਈ ਗਈ ਤਾਂ 25-30% ਭਾਅ ਵੱਧ ਜਾਣਗੇ ਜਿਣਸਾਂ ਦੇ। ਅਸੀਂ ਉਹ ਨਹੀਂ ਚਾਹੁੰਦੇ, ਅਸੀਂ ਕਹਿੰਦੇ ਹਾਂ ਸਾਡੀ ਜਿਣਸਾਂ ਦੇ ਜੇ ਭਾਅ ਨਹੀਂ ਵਧਾਉਣੇ ਤਾਂ ਸਾਨੂੰ ਜਿਹੜੀਆਂ ਖੇਤੀ 'ਤੇ ਖਰਚ ਕਰ ਲੈਣੇ, ਸਾਡੀਆਂ ਦਵਾਈਆਂ ਰੇ ਉਹ ਸਾਨੂੰ ਪੂਰੇ ਘੱਟ ਰੇਟ 'ਤੇ ਦੇ ਜਾਣ, ਤਾਂ ਕਰਕੇ ਜਿਹੜਾ ਕਿਸਾਨ ਮਤਲਬ ਦਾ ਬਚ ਸਕੇ। ਨਹੀਂ ਤਾਂ ਇਹ ਕਿਸਾਨਾਂ ਤੋਂ ਖੇਤੀ ਛਡਵਾਉਣੀ ਚਾਹ ਕੇ ਮਤਲਬ ਕਾਰਪੋਰੇਟ ਦੇ ਹੱਥ 'ਚ ਦੇਣੀ ਚਾਹੁੰਦੇ ਨੇ, ਜੋ ਸਰਕਾਰ ਦੀ ਨੀਤੀ ਹੈ ਉਹਦੇ ਕਰਕੇ ਸਾਨੂੰ ਪ੍ਰੋਟੈਸਟ ਕਰਨਾ ਪੈ ਰਿਹਾ ਵੀ ਅਸੀਂ ਆਪਦੀ ਖੇਤੀ ਨੂੰ ਬਚਾਉਣ ਵਾਸਤੇ, ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਵਾਸਤੇ ਪ੍ਰੋਟੈਸਟ ਕਰ ਰਹੇ ਹਾਂ ਅਸੀਂ। ਬਿਲਕੁਲ, ਇਹ ਦੇਖੋ ਕਿ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੀਆਂ ਆਉਣ ਵਾਲੀ ਨਸਲਾਂ ਅਤੇ ਫਸਲਾਂ ਨੂੰ ਬਚਾਉਣ ਦੇ ਲਈ ਸੰਘਰਸ਼ ਜਿਹੜਾ ਉਹ ਕਰ ਰਹੇ ਹਾਂ। ਤਾਂ ਇਹ ਤਸਵੀਰ ਦੇਖੋ ਕਿ ਤੁਹਾਨੂੰ ਰੇਲਵੇ ਟਰੈਕ ਨਜ਼ਰ ਆਵੇਗਾ, ਰੇਲਵੇ ਟਰੈਕ ਦੇ ਉੱਪਰ ਕਿਸਾਨ ਨਜ਼ਰ ਆਉਣਗੇ, ਜਿੱਥੇ ਅਕਸਰ ਤੁਹਾਨੂੰ ਟ੍ਰੇਨਾਂ ਨਜ਼ਰ ਆਉਂਦੀਆਂ ਸੀਗੀਆਂ, ਲੇਕਿਨ ਅੱਜ ਤੁਹਾਨੂੰ ਕਿਸਾਨ ਨਜ਼ਰ ਆਉਣਗੇ, ਬਜ਼ੁਰਗ ਬਾਬੇ ਬੈਠੇ ਹੋਏ ਨਜ਼ਰ ਆਉਣਗੇ, ਮਹਿਲਾਵਾਂ ਬੈਠੀਆਂ ਹੋਈਆਂ ਨਜ਼ਰ ਆਉਣਗੀਆਂ, ਤਾਂ ਹਰ ਪਾਸੇ ਕਿਸਾਨ ਹੀ ਕਿਸਾਨ ਨਜ਼ਰ ਆਉਣਗੇ। ਤਾਂ ਇਹ ਪੂਰਾ ਰੇਲਵੇ ਟਰੈਕ ਦੇਖੋ, ਕਿਸਾਨ ਜਿਹੜੇ ਇਸ ਰੇਲਵੇ ਟਰੈਕ ਦੇ ਉੱਪਰ ਬੈਠੇ ਹੋਏ ਨੇ, ਲਗਾਤਾਰ ਸੰਘਰਸ਼ ਜਿਹੜਾ ਇੱਥੇ ਜਾਰੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਇਸੇ ਤਰ੍ਹਾਂ ਪ੍ਰਦਰਸ਼ਨ ਚੱਲਦਾ ਰਹੇਗਾ। ਤਾਂ ਦੇਖਣਾ ਹੋਵੇਗਾ ਕਦੋਂ ਤੱਕ ਕਿਸਾਨ ਇਸੇ ਤਰ੍ਹਾਂ ਸੜਕਾਂ ਦੇ ਉੱਪਰ ਪ੍ਰਦਰਸ਼ਨ ਕਰਨਗੇ, ਜਾਂ ਫਿਰ ਵੱਖ ਵੱਖ ਬੋਰਡਰਾਂ ਦੇ ਉੱਪਰ ਜਿਸ ਤਰ੍ਹਾਂ ਕਿਸਾਨ ਬੈਠੇ ਨੇ ਕਦੋਂ ਤੱਕ ਉੱਥੇ ਬੈਠੇ ਰਹਿਣਗੇ, ਜਾਂ ਫਿਰ ਕਦੋਂ ਕੇਂਦਰ ਸਰਕਾਰ ਜਿਹੜੀ ਹੈ ਕਿਸਾਨਾਂ ਦੀਆਂ ਮੰਗਾਂ ਮੰਨੇਗੀ ਤਾਂ ਸਾਰੀ ਫਸਲਾਂ ਦੇ ਉੱਪਰ MSP ਜਿਹੜੀ ਹੈ ਉਹ ਲਾਜ਼ਮੀ ਲਾਗੂ ਕਰੇਗੀ, ਜਾਂ ਫਿਰ ਕਿਸਾਨ ਕਦੋਂ ਦਿੱਲੀ ਜਾਣਗੇ? ਕੈਮਰਾ ਪਰਸਨ ਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਵਲਜੀਤ ਕੰਬੋਜ, ਜਗਬਾਣੀ TV ਪਟਿਆਲਾ।